This program is sponsored by Astro Tools, Harisar Engineering Company, Guru Machine Company and Royal Circle. ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ। ਅੱਜ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ PAU ਗਰਾਊਂਡ ਵਿਖੇ, ਜਿੱਥੇ ਤੰਦਰੁਸਤ ਪੰਜਾਬ ਦੇ ਤਹਿਤ ਅੰਤਰਰਾਸ਼ਟਰੀ ਕਬੱਡੀ ਮੁਕਾਬਲੇ ਗਲੋਬਲ ਕਬੱਡੀ ਲੀਗ 2018 ਦਾ ਸ਼ੁਭ ਆਰੰਭ ਹੋਣ ਜਾ ਰਿਹਾ ਹੈ। ਅੱਜ ਦੇ ਮੁਕਾਬਲਿਆਂ ਵਿੱਚ ਦਿੱਲੀ ਟਾਈਗਰਸ ਅਤੇ ਹਰਿਆਣਾ ਲਾਇਨਸ ਵਿਚਕਾਰ ਪਹਿਲਾ ਮੈਚ ਖੇਡਿਆ ਜਾਵੇਗਾ ਅਤੇ ਦੂਸਰਾ ਮੁਕਾਬਲਾ ਸਿੰਘ ਵਰਸਿਸ ਪੰਜਾਬ ਦਾ ਮਹਿਫਲ ਲੀਫ ਕੈਨੇਡਾ ਨਾਲ ਹੋਵੇਗਾ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਹਨਾਂ ਮੁਕਾਬਲਿਆਂ ਦਾ ਸ਼ੁਭ ਆਰੰਭ ਕਰਨ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਆਓ ਮਾਣਦੇ ਹਾਂ ਇਹਨਾਂ ਮੁਕਾਬਲਿਆਂ ਦਾ ਆਨੰਦ ਅਤੇ ਵੇਖਦੇ ਹਾਂ ਇੱਕ ਝਲਕ। माया ਆਪ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦੇ ਹਾਂ, ਸਪੋਰਟਸ ਮਿਨਿਸਟਰ ਰਾਣਾ ਸੋਢੀ ਜੀ ਨੂੰ ਵਧਾਈ ਦਿੰਦੇ ਹਾਂ, ਅਟੁੱਟ ਬ੍ਰਦਰ ਨੂੰ ਵਧਾਈ ਦਿੰਦੇ ਹਾਂ, ਜਿਨ੍ਹਾਂ ਨੇ ਮੈਂ ਸਮਝਦਾ ਪੰਜਾਬ ਦੇ ਵਿੱਚ ਜਿਹੜੀ ਸਾਡੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਜੋ ਅੱਜ ਬਹੁਤ ਵੱਡਾ ਬੀੜਾ ਚੁੱਕਿਆ ਅਤੇ ਜਿਸ ਤਰ੍ਹਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਤਰ੍ਹਾਂ ਮਾਂ ਖੇਡ ਹੈ ਕਬੱਡੀ, ਅਤੇ ਅੱਜ ਮੈਂ ਸਮਝਦਾ ਕਬੱਡੀ ਲਈ ਐਡਾ ਵੱਡਾ ਬੀੜਾ ਚੁੱਕਣਾ, ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਧਾਈ ਦੀ ਪਾਤਰ ਹੈ ਅਤੇ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਕਬੱਡੀ ਵੀ ਗਾਇਕ ਵੀ ਗਾਇਕ ਵਧੀਆ ਆ ਵਧੀਆ ਕੀ ਚੰਗਾ ਲੱਗਦਾ ਕਬੱਡੀ ਤੇ ਗਾਇਕ ਦੋਨੋਂ ਚੀਜ਼ਾਂ ਵਧੀਆ ਖੇਡ ਨੂੰ ਥੋੜ੍ਹਾ ਜਿਹਾ ਸਨਸਨੀਖੇਜ ਬਣਾਉਣ ਵਾਸਤੇ ਕੋਈ ਫਰਕ ਨਹੀਂ ਪੈਂਦਾ, ਜੇ ਕੋਈ ਸਿੰਗਰ ਵੀ ਆ ਜਾਂਦਾ ਤਾਂ ਲੋਕਾਂ ਦਾ ਥੋੜ੍ਹਾ ਜਿਹਾ ਮਨੋਰੰਜਨ ਹੀ ਹੁੰਦਾ, ਠੀਕ ਹੈ ਨਾ। ਬਾਕੀ ਇਹ ਸਰਕਾਰ ਦਾ ਬਹੁਤ ਵਧੀਆ ਜਿਹੜਾ ਉਪਰਾਲਾ ਵੀ ਜਿਹੜਾ ਇਹ ਇਸ ਤਰ੍ਹਾਂ ਦੀ ਗੇਮ ਜਿਹੜੀ ਕਬੱਡੀ ਸਾਡੀ ਪੁਰਾਣੀ ਪੰਜਾਬ ਦੀ ਖੇਡ ਹੈ ਜਿਹੜੀ ਸ਼ਾਇਦ ਇੰਨੀ ਉਹ ਥੱਲੇ ਨੂੰ ਜਾ ਰਹੀ ਸੀ ਲੇਕਿਨ ਉਹਨੂੰ ਉੱਪਰ ਚੱਕਣ ਦੀ ਕੋਸ਼ਿਸ਼ ਹੈ। ਬਾਕੀ ਆਪਣਾ ਯੂਥ ਜਿਹੜਾ ਉਹ ਡੈਫੀਨੇਟਲੀ ਇਹਦੇ ਨਾਲ ਇਹਦੇ ਨਾਲ ਇੰਸਪਾਇਰ ਹੋਊਗਾ ਔਰ ਆਪਣੇ ਡਰੱਗਸ ਨੂੰ ਛੱਡ ਕੇ ਸ਼ਾਇਦ ਇਸ ਪਾਸੇ ਨੂੰ ਸੋਚੂਗਾ। ਲੁਧਿਆਣਾ ਦੇ PAU ਗਰਾਊਂਡ ਵਿਖੇ ਸ਼ੁਰੂ ਹੋਏ ਗਲੋਬਲ ਕਬੱਡੀ ਲੀਗ 2018 ਦਾ ਜੋ ਪਹਿਲਾ ਮੈਚ ਦਿੱਲੀ ਟਾਈਗਰਸ ਅਤੇ ਹਰਿਆਣਾ ਲਾਇਨਸ ਵਿਚਕਾਰ ਖੇਡਿਆ ਗਿਆ, ਉਸ ਵਿੱਚ ਦਿੱਲੀ ਟਾਈਗਰਸ ਨੇ ਹਰਿਆਣਾ ਲਾਇਨਸ ਨੂੰ 55-49 ਦੇ ਅੰਤਰ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਦੂਸਰੇ ਮੁਕਾਬਲੇ ਵਿੱਚ ਸਿੰਘ ਵਾਰੀਅਰਸ ਪੰਜਾਬ ਨੇ ਮਹਿਫਲ ਲੀਫ ਕੈਨੇਡਾ ਨੂੰ
55 41 ਨਾਲ ਮਾਤ ਦੇ ਕੇ ਜਿੱਤ ਆਪਣੀ ਝੋਲੀ ਪਾਈ। ਸੋ ਗੁਰਮੀਤ ਨਿੱਜਰ ਨੂੰ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੇ ਮੁਕਾਬਲਿਆਂ ਦੇ ਪ੍ਰਸਾਰਣ ਮੌਕੇ। ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ ਡੋਟ ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।